ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਜਿੱਥੇ ਕਿਸਾਨਾਂ ਵੱਲੋਂ ਕੌਲ ਦਿੱਤੀ ਗਈ ਸੀ, ਪਰ ਜ਼ਿਆਦਾਤਰ ਭਾਰਤ ਬੰਦ ਹੋਣ ਦਾ ਅਸਰ ਦਿਖਾਈ ਨਹੀਂ ਦੇ ਰਿਹਾ। ਵੇਲੇ ਸੀ ਮੁੱਲਾਂ ਪਰ ਗਰੀਬ ਦਾਸ, ਨਿਊ ਚੰਡੀਗੜ੍ਹ ਦੀ ਤਸਵੀਰਾਂ ਦਿਖਾ ਰਹੇ ਹਾਂ, ਜਿੱਥੇ ਕਿ ਬਾਜ਼ਾਰ ਪਹਿਲਾਂ ਦੀ ਤਰ੍ਹਾਂ ਖੁੱਲ੍ਹਾ ਹੋਇਆ ਹੈ, ਦੁਕਾਨਾਂ ਵੀ ਖੁੱਲ੍ਹੀਆਂ ਹੋਈਆਂ, ਲੋਕਾਂ ਦੀ ਚਹਿਲ ਪਹਿਲ ਜਿਹੜੀ ਉਸ ਤਰੀਕੇ ਦੀ ਵੇਖਣ ਨੂੰ ਮਿਲ ਰਹੀ ਹੈ। ਭਾਵੇਂ ਆਪਾਂ ਗੱਲ ਕਰੀਏ ਬੈਂਕਾਂ ਦੀ, ਬੈਂਕ ਵੀ ਖੁੱਲ੍ਹੇ ਨੇ ਅਤੇ ਦੂਜੇ ਪਾਸੇ ਜਿਹੜੀਆਂ ਦੁਕਾਨਾਂ ਨੇ ਉਹ ਵੀ ਖੁੱਲ੍ਹੀਆਂ। ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਦੀ ਕੌਲ ਸੰਯੁਕਤ ਮੋਰਚੇ ਦੁਆਰੇ ਆਈ ਹੈ, ਤਾਂ ਉਸ ਕੌਲ ਦੇ ਉੱਤੇ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਕਿ ਬਾਜ਼ਾਰ ਦੇ ਵਿੱਚ ਵੀ ਰੌਣਕ ਪੂਰੀ ਉਸ ਤਰੀਕੇ ਦੀ ਹੈ, ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ ਜਦੋਂ ਕਿਸਾਨੀ ਸੰਘਰਸ਼ ਚੱਲਦਾ ਉਸ ਟਾਈਮ ਜਦੋਂ ਵੀ ਕੌਲ ਦੇਣੀ ਕਿ ਭਾਰਤ ਬੰਦ ਦੀ ਕੌਲ ਹੈ, ਪੰਜਾਬ ਬੰਦ ਦੀ ਕੌਲ ਹੈ, ਤਾਂ ਉਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅਸਰ ਦੇਖਣ ਨੂੰ ਮਿਲਦਾ ਸੀ, ਪਰ ਅੱਜ ਜਿਹੜਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਸਤਿ ਸ਼੍ਰੀ ਅਕਾਲ ਦੋਸਤੋ, ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਜਿੱਥੇ ਕਿਸਾਨਾਂ ਵੱਲੋਂ ਕੌਲ ਦਿੱਤੀ ਗਈ ਸੀ, ਪਰ ਜ਼ਿਆਦਾਤਰ ਭਾਰਤ ਬੰਦ ਹੋਣ ਦਾ ਅਸਰ ਦਿਖਾਈ ਨਹੀਂ ਦੇ ਰਿਹਾ। ਇਸ ਵੇਲੇ ਅਸੀਂ ਮੁੱਲਾਂ ਪਰ ਗਰੀਬ ਦਾਸ, ਨਿਊ ਚੰਡੀਗੜ੍ਹ ਦੀ ਤਸਵੀਰਾਂ ਦਿਖਾ ਰਹੇ ਹਾਂ, ਜਿੱਥੇ ਕਿ ਬਾਜ਼ਾਰ ਪਹਿਲਾਂ ਦੀ ਤਰ੍ਹਾਂ ਖੁੱਲ੍ਹਾ ਹੋਇਆ ਹੈ, ਦੁਕਾਨਾਂ ਵੀ ਖੁੱਲ੍ਹੀਆਂ ਹੋਈਆਂ ਨੇ, ਲੋਕਾਂ ਦੀ ਆਵਾਜਾਈ ਵੀ ਲਗਾਤਾਰ ਜਾਰੀ ਹੈ, ਪਰ ਕਿਤੇ ਨਾ ਕਿਤੇ ਕੁਝ ਕੁ ਦੁਕਾਨਾਂ ਜਿਹੜੀਆਂ ਆਪਣੇ ਤੌਰ 'ਤੇ ਜਿਹੜੇ ਕਿਸਾਨਾਂ ਦੇ ਹਮਾਇਤ ਦੇ ਵਿੱਚ ਬੰਦ ਕੀਤੀਆਂ ਹੋਈਆਂ ਨੇ, ਪਰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਲੋਕਾਂ ਦੀ ਚਹਿਲ ਪਹਿਲ ਜਿਹੜੀ ਉਸ ਤਰੀਕੇ ਦੀ ਵੇਖਣ ਨੂੰ ਮਿਲ ਰਹੀ ਹੈ। ਭਾਵੇਂ ਆਪਾਂ ਗੱਲ ਕਰੀਏ ਬੈਂਕਾਂ ਦੀ, ਬੈਂਕ ਵੀ ਖੁੱਲ੍ਹੇ ਨੇ ਅਤੇ ਦੂਜੇ ਪਾਸੇ ਜਿਹੜੀਆਂ ਦੁਕਾਨਾਂ ਨੇ ਉਹ ਵੀ ਖੁੱਲ੍ਹੀਆਂ ਨੇ, ਅਤੇ ਲੋਕ ਖਰੀਦਦਾਰੀ ਕਰਨ ਵਾਸਤੇ ਲਗਾਤਾਰ ਜਿਹੜੇ ਬਾਜ਼ਾਰਾਂ ਦੇ ਵਿੱਚ ਆ ਰਹੇ ਨੇ। ਕਈ ਜਗ੍ਹਾ ਕਿਸਾਨ ਜਥੇਬੰਦੀਆਂ ਆਪ ਜਾ ਕੇ ਜਿਹੜੀਆਂ ਬੰਦ ਕਰਵਾ ਰਹੀਆਂ ਨੇ, ਪਰ ਇਹ ਜਿਹੜੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਮੁੱਲਾਂ ਭਗੀਦਾਰ ਦੀ, ਤਾਂ ਇਸ ਦੇ ਵਿੱਚ ਜੇ ਜ਼ਿਆਦਾਤਰ ਦੁਕਾਨਾਂ ਜਿਹੜੀਆਂ ਖੁੱਲ੍ਹੀਆਂ ਨਜ਼ਰ ਆ ਰਹੀਆਂ ਨੇ, ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ, ਕਿਉਂਕਿ ਕਈ ਜਗ੍ਹਾ ਅਸਰ ਦੇਖਣ ਨੂੰ ਮਿਲਿਆ। ਕੁਰਾਲੀ ਸ਼ਹਿਰ ਦੀ ਗੱਲ ਕਰੀਏ, ਉੱਥੇ ਦੇਖਣ ਨੂੰ ਅਸਰ ਮਿਲਿਆ ਕਿ ਦੁਕਾਨਾਂ ਜਿਹੜੀਆਂ ਬੰਦ ਕਰਵਾਈਆਂ ਜਾ ਰਹੀਆਂ, ਪਰ ਮੁੱਲਾਂ ਭਗੀਦਾਰ ਦੀ ਜਿਹੜੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਤਾਂ ਇੱਥੇ ਜਿਹੜੇ ਲੋਕ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਜਿਹੜੀਆਂ ਦੋਨੋਂ ਪਾਸੇ ਜਿਹੜੀਆਂ ਖੁੱਲ੍ਹੀਆਂ ਨੇ, ਤਾਂ ਪਹਿਲਾਂ ਦੀ ਤਰ੍ਹਾਂ ਜਿਸ ਤਰੀਕੇ ਨਾਲ ਪਹਿਲਾਂ ਜਿਹੜਾ ਕਿਸਾਨੀ ਸੰਘਰਸ਼ ਹੋਇਆ ਉਸ ਦੇ ਵਿੱਚ ਲੋਕ ਆਪ ਮੁਹਾਰੇ, ਭਾਵੇਂ ਕਿਸਾਨਾਂ ਦੀ ਮਦਦ ਕਰਨ ਵਾਸਤੇ ਜਿਹੜੇ ਬਾਜ਼ਾਰ ਬੰਦ ਕਰਦੇ ਸੀ, ਪਰ ਹੁਣ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਦੀ ਕੌਲ ਸੰਯੁਕਤ ਮੋਰਚੇ ਦੁਆਰੇ ਆਈ ਹੈ, ਤਾਂ ਉਸ ਕੌਲ ਦੇ ਉੱਤੇ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਂ ਪਰ ਗਰੀਬ ਦਾਸ ਦੀਆਂ, ਜਿੱਥੇ ਕਿ ਅੰਦਰ ਦੇ ਬਾਜ਼ਾਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਾਂਗੇ ਕਿ ਕਿੰਨੇ ਕੁ ਲੋਕ ਜਿਹੜੇ ਖਰੀਦਦਾਰੀ ਕਰਨ ਵਾਸਤੇ ਆਏ ਹੋਏ ਨੇ, ਅਤੇ ਨਾਲ ਦੀ ਨਾਲ ਕਿੰਨੇ ਦੁਕਾਨਾਂ ਜਿਹੜੀਆਂ ਖੁੱਲ੍ਹੀਆਂ ਨੇ। ਇਹ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਦੇ ਵਿੱਚ ਵੀ ਰੌਣਕ ਪੂਰੀ ਉਸ ਤਰੀਕੇ ਦੀ ਹੈ, ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ ਜਦੋਂ ਕਿਸਾਨੀ ਸੰਘਰਸ਼ ਚੱਲਦਾ ਉਸ ਟਾਈਮ ਜਦੋਂ ਵੀ ਕੌਲ ਦੇਣੀ ਕਿ ਭਾਰਤ ਬੰਦ ਦੀ ਕੌਲ ਹੈ, ਪੰਜਾਬ ਬੰਦ ਦੀ ਕੌਲ ਹੈ, ਤਾਂ ਉਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅਸਰ ਦੇਖਣ ਨੂੰ ਮਿਲਦਾ ਸੀ, ਪਰ ਅੱਜ ਜਿਹੜਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਇਹ ਤਸਵੀਰਾਂ ਤੁਹਾਨੂੰ ਮੁੱਲਾਂ ਪਰ ਦਿਖਾ ਰਹੇ ਹਾਂ, ਜਿੱਥੇ ਕਿ ਚਹਿਲ ਪਹਿਲ ਉਸ ਤਰੀਕੇ ਦੇ ਹੀ ਲੋਕਾਂ ਦੀ ਦੇਖਣ ਨੂੰ ਮਿਲ ਰਹੀ ਹੈ। ਤਾਂ ਇਸ ਖਬਰ ਨੂੰ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਕਿਉਂਕਿ ਕਿਸਾਨਾਂ ਤੱਕ ਹੀ ਪਹੁੰਚਾ ਸਕਦੇ ਕਿੰਨੇ ਕੁ ਲੋਕ ਤੁਹਾਡੇ ਹਮਾਇਤ ਦੇ ਵਿੱਚ ਨੇ, ਕਿਉਂਕਿ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਭਾਵੇਂ ਨਾਰਾ ਦਿੱਤਾ ਗਿਆ, ਪਰ ਉਸ ਨਾਰੇ ਦੇ ਤਹਿਤ ਕਿੰਨੇ ਕੁ ਦੁਕਾਨਦਾਰ ਜਾਂ ਫਿਰ ਕਿੰਨੇ ਕੁ ਮਜ਼ਦੂਰ ਕਿਸਾਨਾਂ ਸਾਥ ਦੇ ਰਹੇ ਨੇ, ਇਸ ਦੇ ਵਿੱਚ ਤਸਵੀਰ ਦੇ ਵਿੱਚ ਬਿਲਕੁਲ ਸਾਫ਼ ਹੋ ਜਾਂਦਾ ਹੈ। ਭਾਵੇਂ ਕਿ ਮਜ਼ਦੂਰਾਂ ਵੱਲੋਂ, ਦੁਕਾਨਦਾਰਾਂ ਵੱਲੋਂ ਇਹ ਕਹਿੰਦਾ ਕਿ ਅਸੀਂ ਤਾਂ ਆਪਣੇ ਕੰਮ ਕਰਕੇ ਰੋਟੀ ਖਾਣੀ ਹੈ, ਕਿ ਜਿਹੜੇ ਕਿਸਾਨ ਨੇ ਉਹਨਾਂ ਕੋਲ ਤਾਂ ਜ਼ਮੀਨਾਂ ਨੇ, ਸਭ ਕੁਛ ਹੈ, ਪਰ ਅਸੀਂ ਕਿੱਥੇ ਜਾਈਏ ਕਿ ਸਾਨੂੰ ਕੋਈ ਬਾਅਦ 'ਚ ਪੁੱਛਦਾ ਨਹੀਂ। ਜਦੋਂ ਵੀ ਕਿਸਾਨੀ ਸਾਹਿਬ ਜਿੱਤਿਆ ਉਸ ਟਾਈਮ ਵੀ ਸਾਡੀ ਕੋਈ ਪੁੱਛ ਨਹੀਂ ਹੋਈ, ਪਰ ਹੁਣ ਜਿਹੜੇ ਕਿਸਾਨ ਜਥੇਬੰਦੀਆਂ ਨੇ, ਭਾਵੇਂ ਇਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਨਾਲ ਦੀ ਨਾਲ ਤੁਹਾਡੇ ਮੰਗਾਂ ਵੀ ਨਾਲ ਰੱਖਾਂਗੇ, ਪਰ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਕਿਵੇਂ ਜਿਹੜੇ ਬਾਜ਼ਾਰ ਅੱਜ ਵੀ ਖੁੱਲ੍ਹੇ ਨੇ। ਮੁੱਲਾਂ ਪਰ ਬਾਜ਼ਾਰ ਦੀ ਗੱਲ ਕਰੀਏ, ਇੱਥੇ ਸੋਨੇ ਦੇ ਕੱਪੜੇ ਦੇ ਵਪਾਰੀ ਵੱਡੇ ਨੇ, ਜਿੱਥੇ ਕਿ 50-60 ਪਿੰਡਾਂ ਦੀ ਖਰੀਦਦਾਰੀ ਕਰਨ ਵਾਸਤੇ ਲੋਕ ਜਗ੍ਹਾ 'ਤੇ ਪਹੁੰਚਦੇ ਨੇ, ਪਰ ਇਸ ਬਾਜ਼ਾਰ ਦੇ ਵਿੱਚ ਜ਼ਿਆਦਾਤਰ ਲੋਕਾਂ ਦਾ ਸਮਰਥਨ ਦੇਖਣ ਨੂੰ ਨਹੀਂ ਮਿਲ ਰਿਹਾ ਕਿਸਾਨਾਂ ਦੇ ਨਾਲ, ਕਿਉਂਕਿ
ਭਾਵੇਂ ਕਿ ਇਸ ਇਲਾਕੇ ਦੇ ਵਿੱਚ ਜ਼ਮੀਨਾਂ ਜਿਹੜੀਆਂ ਜ਼ਿਆਦਾਤਰ ਵਿਕ ਚੁੱਕੀਆਂ ਨੇ ਮਹਿੰਗੇ ਰੇਟਾਂ ਦੇ ਵਿੱਚ, ਲੋਕਾਂ ਵੱਲੋਂ ਜਿਹੜੀਆਂ ਜ਼ਮੀਨਾਂ ਨੀਚੇ ਜਿਹੜੇ ਪੰਜਾਬ ਦੇ ਵਿੱਚ ਲੈ ਚੁੱਕੇ ਨੇ, ਪਰ ਕਿਤੇ ਨਾ ਕਿਤੇ ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਜਿਹੜਾ ਵਾਰ ਵਾਰ ਪਹਿਲਾਂ ਵੀ ਵੀਡੀਓ ਦੇ ਵਿੱਚ ਇਹ ਅਪੀਲਾਂ ਕੀਤੀਆਂ ਸੀ ਕਿ ਸਾਨੂੰ ਤਾਂ ਕੰਮ ਕਰਕੇ ਰੋਟੀ ਮਿਲਣੀ ਹੈ, ਕਿ ਅਸੀਂ ਆਪਣੇ ਕਾਰੋਬਾਰ ਕਿਵੇਂ ਬੰਦ ਕਰਕੇ ਖੁਸ਼ ਰਹਿ ਸਕਦੇ ਹਾਂ। ਹਾਂ, ਸਾਡੀ ਸਪੋਰਟ ਕਿਸਾਨਾਂ ਨਾਲ ਜ਼ਰੂਰ ਹੈ, ਪਰ ਅਸੀਂ ਆਪਣਾ ਕਾਰੋਬਾਰ ਬੰਦ ਨਹੀਂ ਕਰ ਸਕਦੇ। ਇਹ ਤਸਵੀਰਾਂ ਤੁਹਾਨੂੰ ਮੁੱਲਾ ਵਰਗੀਰਦਾ ਦੀ ਦਿਖਾ ਰਹੇ ਹਾਂ, ਜਿੱਥੇ ਕਿ ਲਗਾਤਾਰ ਜਿਹੜੀ ਆਵਾਜਾਈ ਜਾਂ ਫਿਰ ਦੁਕਾਨਾਂ ਦੀ ਗੱਲ ਕਰੀਏ, ਦੁਕਾਨਾਂ ਵੀ ਖੁੱਲ੍ਹੀਆਂ ਨੇ ਅਤੇ ਨਾਲ ਦੀ ਨਾਲ ਲੋਕ ਖਰੀਦਦਾਰੀ ਕਰਨ ਵਾਸਤੇ ਵੀ ਆ ਰਹੇ ਨੇ। ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡੇ ਫੇਸਬੁੱਕ ਪੇਜ ਨੂੰ ਅਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਜਿਹਦੇ ਨਾਲ ਕਿ ਇਲਾਕੇ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਕਰ ਸਕੀਏ।